ਅਸਲ ਜਿਸ ਦਲਦਲ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਸਾਨੂੰ ਕੱਢਿਆ ਗਿਆ, ਅੱਜ ਅਸੀਂ ਫਿਰ ਉਸੇ ਦਲਦਲ ਦੇ ਵਿੱਚ ਧੱਕੇ ਜਾ ਰਹੇ, ਉਸੇ ਜੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਕੱਢੇ। ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਜਾਤ ਪਾਤ ਵਹਿਮ ਭਰਮ ਚੋਂ ਸਾਨੂੰ ਬਾਹਰ ਕੱਢਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਪੂਰਨਤਾ ਦਿੱਤੀ, ਉਹਨੂੰ ਲੋਖੰਡ ਦੀ ਪਹੁਲ ਤਿਆਰ ਕੀਤੀ ਗਈ। ਹਿੰਦੂ ਪਹਾੜੀ ਰਾਜ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ, ਬੜਾ ਉਹਨਾਂ ਨੂੰ ਪ੍ਰੋਬਲਮ ਆਈ, ਮੇਰੇ ਗੁਰੂ ਸਾਹਿਬ ਜੀ ਇੱਦਾਂ ਕਿਉਂ ਕਰ ਰਹੇ ਨੇ। ਉਹ ਗੁਰੂ ਸਾਹਿਬ ਜੀ ਦੇ ਨਾਲ ਜੰਗਾ ਕਰਨ ਵਾਸਤੇ ਆਉਂਦੇ ਨੇ, ਚੜ੍ਹ ਕੇ ਆਉਂਦੇ ਨੇ ਗੁਰੂ ਸਾਹਿਬ ਜੀ ਦੇ ਉੱਪਰ। ਛੋਟੀਆਂ ਛੋਟੀਆਂ ਜੰਗਾਂ ਬਹੁਤ ਵਾਰੀ ਹੋਈਆਂ ਨੇ, ਪਰ ਹੁਣ ਅਨੰਦਪੁਰ ਸਾਹਿਬ ਜੀ ਨੂੰ ਲਗਾਤਾਰ 5.5-6 ਮਹੀਨੇ ਘੇਰਾ ਪਿਆ ਰਿਹਾ। ਹੁਣ ਸੋਚ ਕੇ ਵੇਖੋ, ਅਨੰਦਪੁਰ ਸਾਹਿਬ ਨੂੰ 5.5-6 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ, ਬਾਹਰ ਨਾਲੋਂ ਕਨੈਕਸ਼ਨ ਟੁੱਟ ਗਿਆ, ਨਾ ਪਾਣੀ ਅੰਦਰ ਜਾਣ ਦਿੰਦੇ ਨੇ, ਨਾ ਅੰਦਰ ਕੋਈ ਖੁਰਾਕ ਜਾਣ ਦਿੰਦੇ ਨੇ, ਕੋਈ ਰਾਸ਼ਨ ਪਾਣੀ ਦੀ ਸਪਲਾਈ ਖਤਮ, ਦਰਖਤਾਂ ਦੇ ਪੱਤੇ ਭੁੰਨ ਕੇ ਖਾਧੇ ਗਏ, ਛਿਲਕੇ ਉਤਾਰ ਤਾਰ ਕੇ ਪੀ ਪੀ ਕੇ ਉਹਦਾ ਭੋਜਨ ਕੀਤਾ ਗਿਆ, ਰਾਸ਼ਨ ਪਾਣੀ ਮੁੱਕ ਗਿਆ। ਪਾਤਸ਼ਾਹ ਜੀ ਨੇ ਮਈ ਜੂਨ ਦੇ ਮਹੀਨੇ ਵਿੱਚ ਹੀ 2704 ਦੇ ਵਿੱਚ ਮਈ ਜੂਨ ਦੇ ਮਹੀਨੇ ਵਿੱਚ ਹੀ ਜਿਹੜੇ ਅਨੰਦਪੁਰ ਸਾਹਿਬ 'ਚ ਬਾਕੀ ਪਰਿਵਾਰ ਵੱਸਦੇ ਸੀ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ ਕਿ ਹਿੰਦੂ ਪਹਾੜੀ ਰਾਜਿਆਂ ਦੀ ਨੀਅਤ ਸਾਫ਼ ਨਹੀਂ ਹੈ, ਇਹ ਨੀਤੀਵਾਨ ਸੀ ਮਹਾਰਾਜ। ਅੱਛਾ, ਇੱਕ ਚੀਜ਼ ਹੋਰ ਇੱਥੋਂ ਸਿੱਖਣ ਦੀ ਲੋੜ ਹੈ। ਜਦੋਂ ਪਾਤਸ਼ਾਹ ਜੀ ਨੇ ਬਾਕੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਭੇਜ ਦਿੱਤਾ, ਆਪਣਾ ਪਰਿਵਾਰ ਵੀ ਛੱਡ ਸਕਦੇ ਸੀ ਉਹਨਾਂ ਨੂੰ, ਉਦੋਂ ਮੌਕਾ ਬੜਾ ਵਧੀਆ ਸੀ ਉਹਨਾਂ ਨੂੰ। ਉਦੋਂ ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ, ਤੁਸੀਂ ਬਜ਼ੁਰਗ ਦੇ ਛੋਟੇ ਸਾਹਿਬਜ਼ਾਦੇ, ਇਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਪਾਸੇ ਛੱਡ ਆਉਂਦੇ ਹਾਂ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ। ਪਰ ਪਾਤਸ਼ਾਹ ਜੀ ਨੇ ਫਰਕ ਸਮਝਿਆ ਨਹੀਂ ਨਾ, ਲਿਖਿਆ ਤਾਂ ਕੀਤਾ ਹੀ ਨਹੀਂ ਉਹਨਾਂ ਦੇ ਅੰਦਰ, ਤੇ ਸਾਹਿਬਜ਼ਾਦੇ ਤੇ ਸਿੱਖਾਂ ਪ੍ਰਤੀ ਕੋਈ ਫਰਕ ਹੈ ਹੀ ਨਹੀਂ। ਪਾਤਸ਼ਾਹ ਜੀ ਦਾ ਜੇ ਫਰਕ ਹੁੰਦਾ ਤਾਂ ਫਿਰ ਤਾਂ ਸਾਹਿਬਜ਼ਾਦਿਆਂ ਨੂੰ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਛੱਡ ਕੇ ਆਉਂਦੇ। ਜੇ ਅਨੰਦਪੁਰ ਸਾਹਿਬ ਦੀ ਵਸੋਂ ਪਹਿਲਾਂ ਵਰਗੀ ਹੁੰਦੀ ਜਦੋਂ ਘੇਰਾ ਪਿਆ ਰਿਹਾ, ਬੜਾ ਜ਼ਿਆਦਾ ਨੁਕਸਾਨ ਹੋਣਾ ਸੀ। ਪਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਕਾਫੀ ਹੱਦ ਤੱਕ ਪਹਿਲਾਂ ਖਾਲੀ ਕਰਾ ਦਿੱਤਾ ਸੀ, ਥੋੜ੍ਹੇ ਸਿੱਖ ਸੀ ਅੰਦਰ, ਉਹਦਾ ਵੀ ਘੇਰਾ ਪਿਆ ਰਿਹਾ, ਰਾਸ਼ਨ ਪਾਣੀ ਬੰਦ ਕਰ ਦਿੱਤਾ ਗਿਆ ਕਿ ਇਹ ਮਨਾ ਲਈਏ ਗੁਰੂ ਕੋਲੋਂ। ਪਰ ਗੁਰੂ ਸਾਹਿਬ ਜੀ ਨੇ ਅਖੀਰਲੇ ਦਮ ਤੱਕ ਹਾਰ ਨਹੀਂ ਮੰਨੀ। ਹਾਰ ਜਾਣਾ ਹੋਰ ਚੀਜ਼ ਹੁੰਦਾ, ਹਾਰ ਮੰਨ ਲੈਣਾ ਹੋਰ ਚੀਜ਼ ਹੁੰਦਾ। ਪਾਤਸ਼ਾਹ ਜੀ ਹਾਰ ਨਹੀਂ ਮੰਨੀ, ਉਹਨਾਂ ਨੇ ਕਸਮਾਂ ਖਾਧੀਆਂ ਵੀ ਇੱਕ ਵਾਰੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿਓ ਤਾਂ ਕਮ ਸੇ ਕਮ ਅਸੀਂ ਪਿੱਛੇ ਔਰੰਗਜ਼ੇਬ ਨੂੰ ਮੂੰਹ ਖਾਣ ਜੋਗੇ ਹੋਵਾਂਗੇ ਵੀ ਅਸੀਂ ਗੁਰੂ ਕੋਲੋਂ ਕਿਲ੍ਹਾ ਖਾਲੀ ਕਰਾ ਲਿਆ। ਕੁਰਾਨ ਦੀਆਂ ਕਸਮਾਂ ਖਾਧੀਆਂ ਗਈਆਂ, ਗਊ ਦੀਆਂ ਕਸਮਾਂ ਖਾਧੀਆਂ ਗਈਆਂ, ਪਰ ਇਹ ਲੋਕ ਕਸਮਾਂ ਖਾ ਕੇ ਫਿਰ ਮੁੱਕਰ ਗਏ। ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਅੱਜ 6-7 ਪੋਹ ਦੀ ਆਖਰੀ ਰਾਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਦੇ ਅੰਦਰ ਨੇ, ਉਸ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਉਹਨਾਂ ਦੀ ਡਿਊਟੀ ਲਾਈ ਗਈ, ਜਿੰਨੇ ਅਨੰਦਪੁਰ ਸਾਹਿਬ ਦੇ ਵਿੱਚ ਧਾਰਮਿਕ ਅਸਥਾਨ ਨੇ ਗੁਰਦੁਆਰੇ ਉਹਨਾਂ ਦੀ ਸੇਵਾ ਸੰਭਾਲ ਦੀ ਡਿਊਟੀ ਉਹਨਾਂ ਦੀ ਲਾ ਦਿੱਤੀ ਗਈ। 6 ਪੋਹ ਦੀ ਆਖਰੀ ਰਾਤ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਪਾਤਸ਼ਾਹ ਜੀ ਖਾਲੀ ਕਰਦੇ ਨੇ, ਸਰਸਾ ਨਦੀ ਦੇ ਕੰਢੇ ਤੇ ਬਹੁਤ ਭਿਅੰਕਰ ਜੰਗ ਹੁੰਦਾ ਹੈ। ਇੱਥੇ ਪਰਿਵਾਰ ਤਿੰਨਾਂ ਹਿੱਸਿਆਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੰਡਿਆ ਜਾਂਦਾ ਹੈ। ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਤੇ ਬਾਕੀ ਸਿੱਖ ਇੱਕ ਬੰਨੇ ਹੋ ਜਾਂਦੇ ਨੇ। ਗੁਰੂ ਪਾਤਸ਼ਾਹ ਦੇ ਮਹਿਲ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਭਾਈ ਮਨੀ ਸਿੰਘ, ਇਹਨਾਂ ਤਿੰਨਾਂ ਦੇ ਨਾਲ ਦਿੱਲੀ ਨੂੰ ਚਲੇ ਜਾਂਦੇ ਨੇ, ਕਿਉਂਕਿ ਭਾਈ ਜਵਾਹਰ ਸਿੰਘ ਦਾ ਆਪਣਾ ਘਰ ਸੀ ਦਿੱਲੀ। ਜਦੋਂ ਬਿਪਤਾ ਪੈਂਦੀ ਹੈ, ਮਨੁੱਖ ਜਿਹੜਾ ਮਦਦ ਕਰਨ ਵਾਲਾ ਹੁੰਦਾ ਸਭ ਤੋਂ ਪਹਿਲਾਂ ਸੇਫ ਜਗ੍ਹਾ ਲੱਭਦਾ ਵੀ ਜਿੱਥੇ ਮੈਨੂੰ ਵਧੀਆ ਠਾਰ ਮਿਲੇ, ਤੇ ਜਵਾਹਰ ਸਿੰਘ ਨੇ ਸਭ ਤੋਂ ਵਧੀਆ ਠਾਰ ਆਪਣਾ ਘਰ ਸਮਝਿਆ ਕਿ ਮੈਂ ਆਪਣੇ ਘਰ ਲੈ ਜਾਂਦਾ, ਜਿੰਨੀ ਮਦਦ ਕਰ ਸਕਦਾ ਮੇਰੇ ਕੋਲ ਹੋਏਗੀ ਮੈਂ ਕਰਾਂਗਾ। ਮੁਸਲਮਾਨ ਦੀ ਭੇਸ ਵਿੱਚ ਇਹ ਸਾਰੇ ਜਾਣੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਗੁਰੂ ਸਾਹਿਬ ਜੀ ਤੇ ਸਾਹਿਬਜ਼ਾਦੇ ਬਾਕੀ ਸਿੱਖ ਸਰਸਾ ਪਾਰ ਕਰ ਗਏ। ਸਰਸਾ ਨਦੀ ਦੇ ਕੰਢੇ ਤੇ ਬੜਾ ਭਿਅੰਕਰ ਜੰਗ ਹੁੰਦਾ ਹੈ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇਹਨਾਂ ਕੋਲ ਸਰਸਾ ਨਦੀ ਪਾਰ ਨਹੀਂ ਹੋਈ, ਕਿਉਂਕਿ ਜੰਗ ਹੋ ਗਈ, ਭੀੜ ਬਹੁਤ ਜ਼ਿਆਦਾ ਸੀ। ਹੁਣ ਜਦੋਂ ਰਾਤ ਹੋਵੇ, ਉਧਰੋਂ ਠੰਡ ਹੋਵੇ, ਜਿੰਨਿਆਂ ਕੋਲ ਇਹਨੇ ਕਹਿ ਲਓ ਵੀ ਜਿੱਧਰ ਨੂੰ ਵੀ ਕਿਸੇ ਨੂੰ ਰਾਹ ਲੱਭਾ ਉੱਧਰ ਨੂੰ ਚਲੇ ਗਏ।
ਸੋਚ ਕੇ ਵੇਖੋ ਇੱਕ ਵਾਰ ਉਹ ਕਿਹੜੇ ਹਾਲਾਤ ਹੋਣਗੇ। ਅੱਜ ਸਾਨੂੰ ਠੰਡ ਲੱਗਦੀ ਹੈ, ਸਾਡੇ ਕੋਲ ਮੋਟੇ ਕੱਪੜੇ ਨੇ, ਖਾਣ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੁੰਦੇ ਨੇ, ਕਮਰਿਆਂ 'ਚ ਹੀਟਰ ਲਾ ਲੈਂਦੇ ਹਾਂ। ਜਿੱਥੇ ਪੋਹ ਮਾਘ ਦੀਆਂ ਰਾਤਾਂ ਹੋਣ, ਅੱਤ ਦੀ ਠੰਡ ਹੋਵੇ ਤੇ ਤਨ ਉੱਤੇ ਕੋਈ ਮੋਟਾ ਕੱਪੜਾ ਵੀ ਨਹੀਂ, ਤੇ ਰੱਜ ਕੇ ਪ੍ਰਸ਼ਾਦਾ ਪਾਣੀ ਛਕੇ ਨੂੰ ਵੀ ਕਈ ਮਹੀਨੇ ਹੁੰਦੇ ਨੇ। ਇੱਕ ਹੁੰਦਾ ਪ੍ਰਸ਼ਾਦਾ ਤਸੱਲੀ ਦਾ ਖਾਣਾ, ਇੱਕ ਹੁੰਦਾ ਬਸ ਮਾੜਾ ਮੋੜ ਜਿਹਾ ਮਿਲ ਗਿਆ ਤੇ ਖਾ ਲਿਆ ਬਸ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਬਾਬਾ ਅਜੀਤ ਸਿੰਘ, ਭਾਈ ਬਚਿੱਤਰ ਸਿੰਘ ਜਿਹੜੇ ਸਿੱਖ ਨੇ, ਇਹਨਾਂ ਨੇ ਪਿੱਛੋਂ ਆਏ ਵਹੀਰ ਨੂੰ ਰੋਕਣ ਵਾਸਤੇ ਸਰਸਾ ਨਦੀ ਦੇ ਕੰਢੇ ਤੇ ਚਿੱਕ ਡਾਹ ਕੇ ਲੜੇ। ਪਾਤਸ਼ਾਹ ਜੀ ਅੱਗੇ ਚਲੇ ਗਏ ਕੋਟਲਾ ਪਿੰਡ, ਜਿੱਥੇ ਨਿਹੰਗ ਖਾ ਰਹਿੰਦਾ ਸੀ, ਉਹਦੇ ਪਿੰਡ ਪਹੁੰਚ ਗਏ ਕੋਟਲਾ ਨਿਹੰਗ ਖਾ। ਕੋਟਲੇ ਪਿੰਡ ਵਿੱਚ ਨਿਹੰਗ ਖਾ ਰਹਿੰਦਾ ਸੀ। ਇਹ ਨਿਹੰਗ ਖਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ, ਗੁਰੂ ਹਰ ਰਾਏ ਪਾਤਸ਼ਾਹ ਤੋਂ ਪਰਿਵਾਰਾਂ ਦਾ ਆਉਣਾ ਜਾਣਾ ਸੀ, ਪ੍ਰਭਾਵਿਤ ਸੀ ਗੁਰੂ ਸਾਹਿਬ ਜੀ ਤੋਂ ਬਹੁਤ ਜ਼ਿਆਦਾ। ਪਾਤਸ਼ਾਹ ਨਿਹੰਗਾਂ ਦੇ ਘਰ ਜਾਂਦੇ ਨੇ, ਨਿਹੰਗਾਂ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗੁਰੂ ਪਾਤਸ਼ਾਹ ਜੀ ਨੂੰ ਤਖਤ ਦਿੰਦੇ ਨੇ, ਸਾਰਾ ਪਰਿਵਾਰ ਉਹਦੀ ਸੇਵਾ ਜੁੜ ਜਾਂਦਾ ਹੈ। ਜਿਹੜੇ ਜ਼ਖਮੀ ਸਿੱਖ ਆਏ ਉਹਨਾਂ ਦੀ ਮਲਮ ਪੱਟੀ। ਹੁਣ ਨਿਹੰਗ ਖਾਂ ਦਾ ਵੀ ਕਿਰਦਾਰ ਕਿੰਨਾ ਉੱਚਾ, ਪਿੱਛੇ ਪਤਾ ਬਿਪਤਾ ਪਈ ਹੈ ਤੇ ਉਸ ਵਕਤ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਘਰ ਵਿੱਚ ਰੱਖਣਾ, ਹਿੰਦੂ ਪਹਾੜੀ ਰਾਜਿਆਂ ਨਾਲ ਤੇ ਹਕੂਮਤ ਨਾਲ ਮੁਗਲਾਂ ਦੇ ਨਾਲ ਸਿੱਧੀ ਟੱਕਰ ਲੈਣ ਵਾਲੀ ਗੱਲ ਸੀ, ਪਰ ਪ੍ਰਵਾਹ ਨਹੀਂ ਕੀਤੀ ਉਹਨੇ। ਇਧਰੋਂ ਸਰਸਾ ਨਦੀ ਦੀ ਜੰਗ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਨੂੰ, ਕਿਉਂਕਿ ਭਾਈ ਬਚਿੱਤਰ ਸਿੰਘ ਕਾਫੀ ਹਾਲਤ ਵਿੱਚ ਜ਼ਖਮੀ ਹੋ ਗਿਆ ਸੀ। ਭਾਈ ਬਚਿੱਤਰ ਸਿੰਘ ਕੌਣ ਸੀ? ਭਾਈ ਮਨੀ ਸਿੰਘ ਦੇ ਸਪੁੱਤਰ ਸੀ। ਕਾਫੀ ਹਾਲਤ ਤੱਕ ਇਹ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਕੋਟਲਾ ਜਦੋਂ ਪਹੁੰਚਦੇ ਨੇ, ਉੱਥੇ ਇਹਨਾਂ ਦਾ ਆਖਰੀ ਸਵਾਸ ਪੂਰੇ ਹੁੰਦੇ ਨੇ, ਜ਼ਖਮੀ ਹੋ ਜਾਂਦੇ ਨੇ ਭਾਈ ਬਚਿੱਤਰ ਸਿੰਘ। ਇਹਨਾਂ ਨੂੰ ਬਾਬਾ ਅਜੀਤ ਸਿੰਘ ਲੈ ਕੇ ਕੋਟਲਾ ਪਿੰਡ ਪਹੁੰਚ ਜਾਂਦੇ ਨੇ। ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਤਖ਼ਤ ਤੇ ਆਪ ਬੈਠੇ ਸੀ, ਉਸੇ ਪਲੰਘ ਉੱਤੇ ਭਾਈ ਬਚਿੱਤਰ ਸਿੰਘ ਨੂੰ ਲਟਾ ਦਿੱਤਾ ਗਿਆ। ਉਹਨਾਂ ਦੀ ਮਲਮ ਪੱਟੀ ਵਾਸਤੇ ਪਰਿਵਾਰ ਦੀ ਡਿਊਟੀ ਲਾ ਦਿੱਤੀ ਗਈ। ਗੁਰੂ ਪਾਤਸ਼ਾਹ ਜੀ ਨਿਹੰਗ ਖਾਂ ਨੂੰ ਕਹਿੰਦੇ, ਚੰਗਾ ਵੀ ਨਿਹੰਗ ਖਾਂ, ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਜਲ ਪਾਣੀ ਛਕਾਇਆ, ਅਸੀਂ ਅੱਗੇ ਚੱਲਦੇ ਹਾਂ, ਤੁਸੀਂ ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਕਰੋ। ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਸਾਰਾ ਪਰਿਵਾਰ ਕਰ ਰਿਹਾ ਹੈ। ਪਿੱਛੋਂ ਮੁਗਲਾਂ ਨੂੰ ਖਬਰ ਮਿਲ ਗਈ, ਹਿੰਦੂ ਪਹਾੜੀ ਰਾਜਿਆਂ ਨੂੰ ਖਬਰ ਮਿਲ ਗਈ ਵੀ ਕਿੱਧਰ ਨੂੰ ਜਾ ਰਹੇ ਨੇ। ਇਹ ਪੈੜਾਂ ਨੱਪਦੇ ਨੱਪਦੇ ਕੋਟਲਾ ਪਿੰਡ ਪਹੁੰਚ ਗਏ। ਪਿੰਡ ਦੀ ਛਾਪੇਮਾਰੀ ਹੋ ਰਹੀ ਹੈ, ਪਿੰਡ ਦੀ ਤਲਾਸ਼ੀ ਹੋ ਰਹੀ ਹੈ। ਜਦੋਂ ਨਿਹੰਗ ਖਾਂ ਦੇ ਘਰ ਆਏ, ਸਾਰੇ ਘਰ ਦੀ ਤਲਾਸ਼ੀ ਲਈ ਗਈ, ਘਰ ਚੋਂ ਕੁਝ ਨਹੀਂ ਮਿਲਿਆ, ਪਰ ਇੱਕ ਕਮਰੇ ਦਾ ਦਰਵਾਜ਼ਾ ਇਹਦਾ ਬੰਦ ਸੀ। ਸਿਪਾਹੀ ਪੁੱਛਦੇ, ਜੀ ਇਸ ਕਮਰੇ 'ਚ ਕੌਣ ਹੈ? ਉਸ ਕਮਰੇ ਦੇ ਵਿੱਚ ਨਿਹੰਗ ਖਾਂ ਦੀ ਧੀ ਮੁਮਤਾਜ਼ ਸੀ, ਜਿਹੜੀ ਭਾਈ ਬਚਿੱਤਰ ਸਿੰਘ ਜੀ ਦੀਆਂ ਮਲਮ ਪੱਟੀਆਂ ਕਰ ਰਹੀ ਸੀ। ਇਹ ਕਰਦਾਰ ਸੀ ਜੀ ਨਿਹੰਗ ਖਾਂ ਦਾ, ਉਹਨਾਂ ਪੁੱਛਿਆ ਇਸ ਕਮਰੇ 'ਚ ਕੌਣ ਆ? ਤੇ ਨਿਹੰਗ ਖਾਂ ਕਹਿੰਦਾ, ਜੀ ਮੇਰੀ ਧੀ ਤੇ ਮੇਰਾ ਜਵਾਈ ਇਸ ਕਮਰੇ 'ਚ, ਤੁਸੀਂ ਬਜ਼ੁਰਗ ਬੈਠੇ ਹੋ, ਧੀਆਂ ਵਾਲੇ ਬੈਠੇ ਜੇ, ਇਹ ਬਾਪ ਵਾਸਤੇ ਕਿੱਡੇ ਵੱਡੇ ਕਿਰਦਾਰ ਦੀ ਗੱਲ ਹੋਏਗੀ ਕਿ ਆਪਣੀ ਕੁਆਰੀ ਧੀ ਬਾਰੇ ਸ਼ਬਦ ਬੋਲਣਾ ਕਿ ਮੇਰੀ ਧੀ ਤੇ ਮੇਰਾ ਜਵਾਈ ਇਸ ਕਮਰੇ ਵਿੱਚ ਪਿਆ। ਸਿਪਾਹੀ ਨਿਹੰਗ ਖਾਂ ਦੀ ਗੱਲ ਸੁਣ ਕੇ ਮੰਨ ਗਿਆ ਕਿ ਨਿਹੰਗ ਖਾਂ ਝੂਠ ਥੋੜਾ ਬੋਲਦਾ ਹੋਏਗਾ। ਉਹ ਵਾਪਸ ਮੁੜ ਗਿਆ। ਉਹ ਰਾਤ ਬੀਤੀ, ਅਗਲਾ ਸਮਾਂ ਅਗਲਾ ਦਿਨ ਚੜਿਆ, ਅਗਲੀ ਰਾਤ ਪੂਰੀ ਨਹੀਂ ਹੋਈ, 3:30 ਵਜੇ ਭਾਈ ਬਚਿੱਤਰ ਸਿੰਘ ਕੋਈ ਜ਼ਖਮੀ ਜ਼ਿਆਦਾ ਹੋ ਚੁੱਕੇ ਸੀ। 3:30-4 ਵਜੇ ਭਾਈ ਬਚਿੱਤਰ ਸਿੰਘ ਨੇ ਆਖਰੀ ਸਾਹ ਲਿਆ ਤੇ ਅਕਾਲ ਚਲਾਣਾ ਕਰ ਗਿਆ ਨਿਹੰਗ ਖਾਂ ਦੇ ਘਰ। ਨਿਹੰਗ ਖਾਂ ਦੇ ਘਰ ਦੇ ਵਿੱਚ ਹੀ ਖੂਹ ਸੀ, ਖੂਹ ਦੇ ਕੰਢੇ ਤੇ ਭਾਈ ਬਚਿੱਤਰ ਸਿੰਘ ਦਾ ਪਿੰਡ ਵਿੱਚੋਂ 2 ਬੰਦੇ ਸੱਦ ਕੇ ਨਿਹੰਗ ਖਾਂ ਨੇ ਸੰਸਕਾਰ ਕਰਾਇਆ। ਵੇਖੋ ਰਸਮ, ਉਹਨੂੰ ਰੀਤੀਆਂ ਦਾ ਪਤਾ, ਆਹ ਮੁਸਲਮਾਨ ਇਹ ਦਫਨਾਉਂਦੇ ਨੇ, ਉਹਨੂੰ ਪਤਾ ਸੀ ਇਹ ਸਿੱਖ ਆ, ਇਹ ਦਫਨਾਉਂਦੇ ਨੇ, ਸੰਸਕਾਰ ਕਰਦੇ ਆ। ਬਿਰਧਾ ਵੇਲੇ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਗਿਆ ਨਿਹੰਗ ਖਾਂ ਵੱਲੋਂ। ਪਿੰਡ ਵਿੱਚੋਂ 2 ਬੰਦੇ ਸੱਦ ਕੇ ਰਿਸਪੈਕਟ ਕਰਦਾ ਸੀ, ਨਗਰ ਉਹਨਾਂ ਦਾ ਇੱਜ਼ਤ ਕਰਦਾ ਸੀ, ਇਲਾਕੇ 'ਚ ਪ੍ਰਭਾਵ ਸੀ ਭਾਈ ਨਿਹੰਗ ਖਾਂ ਦਾ। ਹੁਣ ਨਿਹੰਗ ਖਾਂ ਨੇ ਪਿੰਡ ਵਿੱਚੋਂ 2 ਬੰਦੇ ਸੱਦ ਕੇ ਸਵੇਰੇ ਅੰਗੀਠਾ ਸਵੇਰੇ ਲੱਚਿਖਾ ਬਣਾ ਕੇ ਭਾਈ ਬਚਿੱਤਰ ਸਿੰਘ ਦਾ ਆਪਣੇ ਘਰ 'ਚ ਹੀ ਸੰਸਕਾਰ ਕੀਤਾ। ਸਰਕਾਰ ਨੂੰ ਪਤਾ ਨਾ ਲੱਗੇ, ਮੁਗਲਾਂ ਨੂੰ ਪਤਾ ਨਾ ਲੱਗੇ, ਹਿੰਦੂ ਪਹਾੜੀ ਰਾਜੇ ਨੂੰ ਪਤਾ ਨਾ ਲੱਗੇ, ਉਹ ਤੋਂ ਪਹਿਲਾਂ ਜਿੰਨਾ ਜਲਦੀ ਹੋ ਸਕਦਾ ਸੀ। ਹੁਣ ਤੁਹਾਨੂੰ ਪਤਾ ਸੀ ਠੰਡ ਸੀ, ਠੰਡ 'ਚ ਅੰਗੀਠਾ ਵੀ ਛੇਤੀ ਠੰਡਾ ਹੋਣਾ ਸੀ। ਹੁਣ ਗਰਮੀਆਂ 'ਚ ਆਪਾਂ ਸੰਸਕਾਰ ਕਰੀਏ ਤੇ ਕਈ ਵਾਰੀ 3-3-4-4 ਦਿਨ ਅੱਗ ਝੁਸਦੀ ਰਹਿੰਦੀ ਹੈ, ਮਾੜੀ ਮਾੜੀ ਧੁੱਪਦੀ ਰਹਿੰਦੀ ਹੈ, ਤੇ ਸਰਦੀਆਂ 'ਚ ਚੁੱਲ੍ਹੇ 'ਚ ਪਈ ਅੱਗ ਵੀ 2 ਘੰਟਿਆਂ ਬਾਅਦ ਠੰਡੀ ਹੋ ਜਾਂਦੀ। ਆਪਾਂ ਬਾਟੇ 'ਚ ਕਈ ਵਾਰੀ ਅੱਗ ਪਾ ਕੇ ਰੱਖਦੇ ਹਾਂ,
ਉਹ ਘੰਟੇ ਡੇਢ ਘੰਟੇ ਬਾਅਦ ਹੀ ਠੰਡੀ ਹੋ ਜਾਂਦੀ ਹੈ। ਹੁਣ ਸਰਦੀਆਂ ਸੀ, ਥੋੜ੍ਹੀ ਦੇਰ ਬਾਅਦ ਹੀ ਉਹ ਅੰਗੀਠਾ ਜਿੰਨਾ ਜਲਦੀ ਹੋ ਸਕਦਾ ਸੀ ਉਹਦੀ ਅੰਗੀਠੇ ਦੀ ਸੰਭਾਲ ਕੀਤੀ ਗਈ ਨਿਹੰਗ ਖਾਨ ਦੇ ਵੱਲੋਂ, ਪਰਿਵਾਰ ਵੱਲੋਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਕੀ ਸਿੱਖਾਂ ਨੂੰ ਲੈ ਕੇ ਗੁਰੂ ਸਾਹਿਬ ਅੱਗੇ ਲੰਘ ਜਾਂਦੇ ਨੇ। ਚਮਕੌਰ ਸਾਹਿਬ ਪਹੁੰਚਦੇ ਨੇ ਜਿੱਥੇ ਬਾਹਰ ਵਾਲੇ ਇੱਕ ਬਾਗ ਹੈ, ਪਿੰਡ ਵਿੱਚ ਪੁੱਛਿਆ ਗਿਆ ਇੱਕ ਗੜੀ ਹੈ, ਉਸ ਗੜੀ ਦੇ ਮਾਲਕ ਨੂੰ ਬੁਲਾਇਆ ਗਿਆ ਜਿਹਦਾ ਨਾਮ ਬੁੱਧੀ ਚੰਦ ਕਰਕੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਬੁੱਧੀ ਚੰਦ ਨੂੰ ਕਿਹਾ ਜੀ ਤੁਹਾਡੀ ਗੜੀ ਦੀ ਅਸੀਂ ਵਰਤੋਂ ਕਰ ਸਕਦੇ ਹਾਂ। ਹੁਣ ਬੁੱਧੀ ਚੰਦ ਨੂੰ ਇਹ ਥੋੜ੍ਹਾ ਪਤਾ ਸੀ ਵੀ ਜਿਸ ਗੜੀ 'ਚ ਗੁਰੂ ਪਾਤਸ਼ਾਹ ਦੇ ਚਰਨ ਪੈਣਗੇ ਇਹੋ ਹੀ ਮੇਰੀ ਗੜੀ ਦੇ ਨਾਂ ਦੇ ਨਾਲ ਕੱਲ੍ਹ ਨੂੰ ਲੋਕਾਂ ਨੇ ਚਮਕੌਰ ਸਾਹਿਬ ਕਿਹਾ ਕਰਨਾ, ਇਹ ਤਾਂ ਸਿੱਧਾ ਹੋਇਆ ਕਰਨਾ। ਇਹਦੇ ਬਾਰੇ ਕਵੀਆਂ ਨੇ ਲਿਖਿਆ ਕਰਨਾ, ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ, ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ। ਸਤਿ ਸ੍ਰੀ ਜੀ, ਇੱਕ ਬੇਨਤੀ ਕਰਾਂ, ਜਦੋਂ ਇਨਸਾਨ ਤੇ ਬਿਪਤਾ ਪੈਂਦੀ ਹੈ ਨਾ, ਸਾਨੂੰ ਹਮੇਸ਼ਾ ਦੋ ਚਿਹਰੇ ਚੇਤੇ ਰਹਿੰਦੇ ਨੇ, ਜਿਹੜਾ ਤੁਹਾਡੀ ਮਦਦ ਕਰਦਾ ਉਹ ਵੀ, ਤੇ ਜਿਹੜਾ ਤੁਹਾਨੂੰ ਪਿੱਠ ਦਿਖਾ ਕੇ ਭੱਜ ਜਾਵੇ ਉਹ ਵੀ ਚੇਤਾ ਰਹਿੰਦਾ। ਮੰਨ ਲਓ ਆਪਣਾ ਕੋਈ ਪਰਿਵਾਰ ਦਾ ਜੀ ਹੋਸਪਿਟਲ ਹੋਵੇ, ਜਿਹੜਾ ਤੁਹਾਡੀ ਉੱਥੇ ਰੋਟੀ ਲੈ ਕੇ ਜਾਏਗਾ, ਮਗਰੋਂ ਤੁਹਾਡੇ ਘਰਦਿਆਂ ਨੂੰ ਪਸ਼ੂਆਂ ਨੂੰ ਪੱਠੇ ਪਾਊਗਾ, ਉਹ ਸਾਰੀ ਜ਼ਿੰਦਗੀ ਚੇਤੇ ਰਹਿੰਦਾ ਵੀ ਇਹਨੇ ਕਦੇ ਸਾਡੀ ਲੋੜ ਪੈਣ 'ਤੇ ਮਦਦ ਕੀਤੀ ਸੀ। ਤੁਸੀਂ ਹੋਸਪਿਟਲ ਗਏ ਉਹ ਮਗਰੋਂ ਕੋਈ ਮਗਰ ਪਹੁੰਚ ਜਾਏ ਬੰਦਾ ਤੁਹਾਡੇ, ਇੰਨਾ ਹੀ ਬੜਾ, ਇਹ ਤਾਂ ਪੁੱਛ ਹੀ ਰਹੇ ਬੜਾ ਵੱਡੀ ਗੱਲ। ਜਿਹੜਾ ਤੁਹਾਡਾ ਸਾਥ ਛੱਡ ਦੇਵੇ ਉਹ ਵੀ, ਜਿਹੜਾ ਤੁਹਾਡੀ ਮਦਦ ਕਰੇ ਉਹ ਵੀ, ਦੋਵੇਂ ਚਿਹਰੇ ਚੇਤੇ ਰਹਿੰਦੇ। ਇਤਿਹਾਸ ਵੀ ਇੱਦਾਂ ਹੀ ਆ, ਜਿਹਨਾਂ ਨੇ ਗੁਰੂ ਸਾਹਿਬ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰੇ ਉਹ ਵੀ ਚੇਤੇ ਰਹੇ। ਜਿਹਨਾਂ ਗੰਗੂ ਬ੍ਰਾਹਮਣ ਵਰਗਿਆਂ, ਸੁੱਚੇ ਨੰਦ ਖੱਤਰੀ ਵਰਗਿਆਂ ਨੇ ਕਿਹਾ ਸੱਪ ਦੇ ਬੱਚੇ ਆ, ਉਹ ਵੀ ਚੇਤੇ ਰਹੇ। ਇਤਿਹਾਸ ਵਿੱਚ ਦੋਵੇਂ ਚੀਜ਼ਾਂ ਨਾਲ ਨਾਲ ਦਰਜ ਨੇ। ਜਿਹਨਾਂ ਨੇ ਗੁਰੂ ਸਾਹਿਬ ਨਾਲ ਗਦਾਰੀਆਂ ਕੀਤੀਆਂ ਉਹ ਵੀ ਚੇਤੇ ਨੇ, ਜਿਹੜੇ ਗੁਰੂ ਸਾਹਿਬ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਉਹ ਵੀ ਚੇਤੇ ਰਹੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੁੱਧੀ ਚੰਦ ਦੇ ਹਵੇਲੀ ਦੇ ਵਿੱਚ ਆਪਣੇ ਸਿੱਖਾਂ ਸਮੇਤ ਪ੍ਰਵੇਸ਼ ਕਰਦੇ ਨੇ। ਇਹ ਸੱਤ ਪੋਹ ਦੀ ਰਾਤ ਹੈ, ਅੱਠ ਪੋਹ ਦਾ ਦਿਨ ਸ਼ੁਰੂ ਹੁੰਦਾ ਹੈ। ਨਾਰ ਖਾਂ ਗੜੀ ਨੂੰ ਪੌੜੀ ਲਾ ਕੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਗੁਰੂ ਸਾਹਿਬ ਉਹਨੂੰ ਉੱਥੇ ਜਿੱਤ ਕਰ ਦਿੰਦੇ ਨੇ। ਨਾਰ ਖਾਂ ਦੀ ਡੈਥ ਹੋ ਜਾਂਦੀ ਹੈ। ਜਦੋਂ ਆਗੂ ਚੜ੍ਹਾਈ ਕਰੇ ਤੇ ਪਿੱਛੇ ਤੁਰਨ ਵਾਲੀ ਫੌਜ ਦੇ ਆਪਣੇ ਆਪ ਹੀ ਮਨੋਬਲ ਡਿੱਗ ਪੈਂਦੇ ਨੇ। ਉਹ ਪਛਾਣ ਹੋਏ ਜਿੰਨਾ ਕੁ ਤੀਰ ਸੀ, ਜਿੰਨਾ ਕੁ ਗੁਰੂ ਸਾਹਿਬ ਜੀ ਦੇ ਕੋਲ ਗੋਲਾ ਬਰੂਦ ਸੀ ਉਹਦੇ ਮੁਤਾਬਕ ਅੰਦਰੋਂ ਵਾਰ ਕੀਤੇ ਗਏ। ਅੱਠ ਦਾ ਪੂਰਾ ਦਿਨ ਲੰਘਿਆ, ਸ਼ਾਮਾਂ ਪੈ ਗਈਆਂ ਨੇ, ਨੌ ਦਾ ਦਿਨ ਆਰੰਭ ਹੋਇਆ। ਜਥੇ ਬਣਾ ਬਣਾ ਕੇ ਗੁਰੂ ਸਾਹਿਬ ਜੀ ਨੇ ਪੰਜ ਪੰਜ ਛੇ ਛੇ ਸਿੱਖਾਂ ਦੇ ਤੋਰਨੇ ਸ਼ੁਰੂ ਕੀਤੇ। ਮੁੱਠੀ ਭਰ ਸਿੱਖ ਨੇ, ਭਾਰੀ ਗਿਣਤੀ 'ਚ ਫੌਜ ਹੈ, ਹਿੱਕ ਡਾਹ ਕੇ ਲੜ ਰਹੇ ਨੇ। ਕਈ ਪੁੱਛਦੇ ਕਰਾਮਾਤ ਗੁਰੂ ਨਾਨਕ ਦੇ ਘਰ 'ਚ ਕਿਹੜੀ ਹੈ, ਅਸੀਂ ਤਾਂ ਕਰਾਮਾਤਾਂ ਦਰਿਆਵੀ ਵੇਹਦੇ ਫਿਰਦੇ ਹਾਂ। ਆਹ ਸਭ ਤੋਂ ਵੱਡੀ ਕਰਾਮਾਤ ਸੀ, ਕਦੀ ਭਾਰਤ ਦੇਸ਼ ਦੀ ਹਿਸਟਰੀ ਪੜ੍ਹ ਕੇ ਵੇਖਿਓ ਕਿ ਬਾਹਰੋਂ ਆਇਆ ਹਮਲਾਵਰ 100-150 ਬੰਦਾ, ਭੇਡਾਂ ਚਾਰਨ ਵਾਲੇ ਬੰਦੇ ਨੇ ਇੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਰਹੇ। ਇਤਿਹਾਸ ਪੜ੍ਹਿਓ ਆਪਣਾ, ਭੇਡਾਂ ਚਾਰਨ ਆਏ ਬਹੁਤੇ ਉੱਥੇ, ਉਹ ਭੇਡਾਂ ਚਾਰਦੇ ਚਾਰਦੇ ਜਿਹੜੇ ਡੰਡੇ ਨਾਲ ਭੇਡਾਂ ਹਿੱਕਦੇ ਸੀ ਉੱਥੇ ਡੰਡੇ ਨਾਲ ਬੰਦੇ ਹਿੱਕ ਕੇ ਆਪਣੇ ਦੇਸ਼ ਲੈ ਜਾਂਦੇ ਸੀ। ਉਹਦੇ ਰਾਹ ਬਾਅਦ ਬੀਤੇ ਮੁੜ ਕੇ ਦਰਾ ਖੈਬਰ ਦੇ ਸਿੱਖਾਂ ਨੇ। ਆ ਜਿਹੜੇ ਅੱਜ ਉਹ ਸੁੱਟ ਕੇ ਆਰ ਐਸ ਐਸ ਵਾਲੇ ਗੱਲਾਂ ਕਰਦੇ ਆ ਨਾ, ਆਪਣੀ ਹਿਸਟਰੀ ਪੜ੍ਹੀ ਹੋਵੇ ਤਾਂ ਦੱਸਣ ਜੋਗੀ ਹੋਈ ਹੈ ਨਾ ਆਪਾਂ, ਪਰ ਆਪਾਂ ਤੇ ਸਾਡੇ ਲੀਡਰ ਹੀ ਬੇਗੈਰ ਤੇ ਇੰਡੀਆ ਵੀ ਉਹਦੇ ਚੁੰਗੀਆਂ ਭਰੀ ਜਾਂਦੇ ਜਾ ਕੇ ਕਹਿੰਦੇ ਘਰ ਦੇ ਘਰ ਘਰ ਨੂੰ ਆ ਗਈ ਆਪਣੇ ਦੀਵੇ ਤੋਂ ਲੱਗੀ ਆ, ਬਾਹਰ ਦਿੱਤੇ ਗੱਲ ਹੀ ਕੋਈ ਨਹੀਂ ਸੀ। ਜਿਹੜੇ ਅੱਜ ਫੜਾ ਮਾਰਦੇ ਫਿਰਦੇ ਆ ਭਾਰਤ ਦੇਸ਼ ਦੀ ਹਿਸਟਰੀ ਤੇ ਪੜ੍ਹ ਲੈਣੇ ਇੱਕ ਵਾਰ। ਬਾਹਰੋਂ ਭੇਡਾਂ ਚਾਰਨ ਵਾਲਾ ਜਿਹੜੇ ਡੰਡੇ ਨਾਲ ਭੇਡਾਂ ਹਿੱਕਦਾ ਸੀ ਉਸੇ ਡੰਡੇ ਨਾਲ ਬੰਦੇ ਅੱਗੇ ਲਾ ਕੇ ਲੈ ਜਾਂਦਾ ਸੀ। ਨੱਕਾਂ ਜਦ ਕੇਲਾ ਪਾ ਪਾ ਕੇ ਬਲਦ ਮਾਰਦਾ ਹੋਵੇ, ਝੋਟਾ ਮਾਰਦਾ ਹੋਵੇ ਤੇ ਕਿਸਾਨ ਉਹਦੇ ਨੱਕ 'ਚ ਮੋਰੀ ਕਰਕੇ ਨੱਥ ਪਾ ਦਿੰਦਾ ਹੋਵੇ। ਭੈਣੋ ਆ ਜਿਹੜੇ ਆੜੀਆਂ ਨੱਕਾਂ 'ਚ ਅੱਜ ਕੋਕੇ ਤੇ ਕੰਨਾਂ 'ਚ ਵਾਲੀਆਂ, ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ ਉੱਥੇ ਲਿਖਿਆ ਅਕਾਲ ਤਖ਼ਤ ਉਹਨਾਂ ਦੀ ਪ੍ਰਵਾਨ ਸਿੱਖ ਰਹਿਤ ਮਰਿਆਦਾ, ਵੀ ਕੰਨ ਛੇਦਕ ਤੇ ਨੱਕ ਛੇਦਕ ਗਹਿਣਾ ਸਿੱਖ ਪਰਿਵਾਰ ਦੇ ਪੁੱਤ ਧੀ ਨੇ ਨਹੀਂ ਪਾਉਣਾ। ਪਤਾ ਕਿਉਂ? ਕਿਉਂਕਿ ਬਾਹਰੋਂ ਆਇਆ ਹਮਲਾਵਰ ਨੱਕਾਂ 'ਚ ਨਕੇਲਾਂ ਪਾ ਪਾ ਕੇ ਖੜਦਾ ਸੀ, ਅਹਿਸਾਸ ਕਰਾਉਣ ਵੀ ਤੁਸੀਂ ਸਾਡੇ ਗੁਲਾਮ ਜੀ। ਤੇ ਮਰਿਆਦਾ ਬਣਾਉਣ ਵਾਸਤੇ ਬਕਾਇਦਾ ਮੱਤ ਪਾਈ ਗਈ, ਸਿੱਖ ਪਰਿਵਾਰ ਦੀ ਧੀ ਪੁੱਤ ਕੋਈ ਨੱਕ ਛੇਦਕ ਤੇ ਕੰਨ ਛੇਦਕ ਗਹਿਣਾ ਨਾ ਪਾਵੇ। ਪਰ ਗੱਲ ਇਹ ਆ ਨਾ, ਗੁਲਾਮੀ ਦੇ ਚਿੰਨ ਸਮਾਂ ਪਾ ਕੇ ਸ਼ਿੰਗਾਰ ਬਣ ਜਾਂਦੇ ਹੈਗੇ। ਚਿੰਨ ਗੁਲਾਮੀ ਦੇ ਸੀ ਤੇ ਸਮਾਂ ਪਾ ਕੇ ਉੱਚੀ ਬੋਲੋ ਜੀ, ਅੱਜ ਸ਼ਿੰਗਾਰ ਬਣ ਗਏ, ਕੰਨਾਂ 'ਚ ਵਾਲੀਆਂ ਨੱਕ 'ਚ ਕੋਕੇ ਸ਼ਿੰਗਾਰ ਬਣ ਗਏ ਸਾਡੇ। ਜਿਹਨਾਂ ਪਰਿਵਾਰਾਂ 'ਚ ਗੁਰਮਤਿ ਆਪਣੀ ਧੀ ਦੇ ਕਦੀ ਕੰਨ ਨਹੀਂ ਵਹਿਲਦੇ,
ਕਦੀ ਆਪਣੀ ਧੀ ਦੇ ਕੋਕਾਂ ਨਹੀਂ ਪਾਉਂਦੇ ਵੀ ਮੇਰੀ ਧੀ ਨੂੰ ਅਹਿਸਾਸ ਨਾ ਹੋਵੇ ਕਿ ਮੇਰੀ ਧੀ ਗੁਲਾਮ ਰਹੀ ਹੈ ਕਦੀ। ਜੇ ਤੁਹਾਡਾ ਨਹੀਂ ਸਰਦਾ ਤੁਸੀਂ ਕੋਈ ਕੜਾ ਪਾ ਲਓ, ਕੋਈ ਮੁੰਦਰੀ ਪਾ ਲਓ, ਹੋਰ ਪਾ ਲਓ, ਨਹੀਂ ਤੇ ਮੈਂ ਇੱਕ ਬੇਨਤੀ ਸੀ ਕਰ ਦੇਣਾ, ਮਰਜ਼ੀ ਤੇ ਆਪਣੀ ਕਰਨੀ, ਕੜਾ ਪਾਇਆ ਹੋਵੇ ਨਾ ਤੇ ਰਾਜ ਤੁਹਾਨੂੰ ਕੋ ਘੇਰ ਵੀ ਲਊਗਾ। ਅਗਲੇ ਨੂੰ ਕਹੋਗੇ ਲਾ ਕੇ ਲੈ ਜਾ ਭਰਾਵਾ, ਮੈਂ ਫੇਰ ਖਰੀਦ ਨੂੰ ਪੰਜਾਹ ਰੁਪਏ ਸੋਨੇ ਦਾ ਆਇਆ, ਅਗਲੇ ਨੇ ਘੁੱਟ ਲਾ ਕੇ ਲੈ ਜਾਣਾ ਨਾਲ। ਉਹ ਬੋਲੋ ਭਾਈ ਜਿਹੜੀ ਮਧੂਮੱਖੀ ਹੈ ਨਾ, ਉਹਦਾ ਸ਼ਹਿਦ ਹੀ ਉਹਦੀ ਮੌਤ ਦਾ ਕਾਰਨ ਬਣਦਾ। ਕਈ ਵਾਰੀ ਤੁਹਾਡੀ ਜਾਇਦਾਦ ਹੀ ਤੁਹਾਡੀ ਮੌਤ ਦਾ ਕਾਰਨ ਬਣ ਜਾਂਦੀ, ਤੁਹਾਡੀ ਜਾਇਦਾਦ ਦੀ ਮੌਤ ਆ ਮੌਤ ਦਾ ਕਾਰਨ ਬਣ ਜਾਂਦੀ। ਤੋ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ, ਇਸ ਗੱਲ ਨੂੰ ਵਿਚਾਰਨ ਦੀ ਜ਼ਰੂਰਤ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਨੱਕਾਂ 'ਚ ਨਕੇਲਾ ਪਾ ਪਾ ਕੇ ਗੁਲਾਮੀ ਦਾ ਅਹਿਸਾਸ ਕਰਾਉਂਦੇ, ਜਿਹੜੇ ਭੇਡਾਂ ਚਾਰਨ ਆਉਂਦੇ ਸੀ ਇਸ ਦੇਸ਼ ਵਿੱਚ, ਉਹਨਾਂ ਵੇਖਿਆ ਵੀ ਬੰਦੇ ਤਾਂ ਸਿਰ ਚੁੱਕਣ ਵਾਲੇ ਹੈ ਨਹੀਂ, ਉਹ ਇੱਦਾਂ ਬਣਾ ਕੇ ਜਿਹੜੇ ਡੰਡੇ ਨਾਲ ਭੇਡਾ ਹੈਗੇ ਸੀ ਉਸੇ ਡੰਡੇ ਨਾਲ ਹੀ, ਪਤਾ ਉਹਦੇ ਉੱਥੇ ਕਾਰਨ ਕੀ ਸੀ? ਸੁਣਿਓ ਹੁਣ ਧਿਆਨ ਨਾਲ, ਤਵੱਜੋ ਦੇ ਕੇ ਸੁਣਿਓ। ਜੈਨੀਆਂ ਦਾ ਬੜਾ ਪ੍ਰਭਾਵ ਸੀ ਉੱਥੇ, ਜੈਨ ਮਤ। ਤੁਸੀਂ ਕਹਿੰਦੇ ਜੈਨੀ ਲੋਕ ਇੱਦਾਂ ਮੂੰਹ 'ਤੇ ਕੱਪੜਾ ਬੰਨ ਕੇ ਤੁਰਦੇ, ਪਤਾ ਕਿਉਂ? ਕਿਉਂਕਿ ਉਹ ਕਹਿੰਦੇ ਜਦੋਂ ਅਸੀਂ ਇੱਦਾਂ ਸਾਹ ਲੈਂਦੇ ਹਾਂ ਤਾਂ ਕੀੜੇ ਮਰਦੇ ਆ, ਕਿਰਮ ਮਰਦੇ ਆ, ਬੈਕਟੀਰੀਆ। ਉਹ ਕਹਿੰਦੇ ਵੀ ਅਸੀਂ ਮੂੰਹ 'ਤੇ ਕੱਪੜਾ, ਫਿਰ ਉਹ ਸੂਤ ਦਾ ਝਾੜੂ ਫੜਦੇ ਸੀ ਆਪਣੇ ਹੱਥ ਵਿੱਚ, ਇੱਦਾਂ ਜਦੋਂ ਤੁਸੀਂ ਜਾਣਾ ਉਹਨਾਂ ਨੇ ਕੀੜੇ ਪਰਾਂ ਕਰਦੇ ਜਾਣਾ, ਵੀ ਪੈਰ ਥੱਲੇ ਕੀੜਾ ਆ ਕੇ ਨਾ ਮਰ ਜਾਏ। ਇਸ ਕਰਕੇ ਉਹ ਝਾੜੂ ਫੇਰਦੇ ਜਾਂਦੇ ਸੀ ਅੱਗੇ ਅੱਗੇ, ਆਪਣਾ ਪਾਖਾਨਾ ਫੋਲ ਦਿੰਦੇ ਸੀ। ਕਈ ਕਈ ਦਿਨ ਨਹਾਉਂਦੇ ਨਹੀਂ ਸੀ ਵੀ ਜੇ ਨਹਾਵਾਂਗੇ ਪਾਣੀ 'ਚ ਕਿਰਮ ਵਾ, ਤਾਂ ਪਾਣੀ ਦੇ ਵਿੱਚ ਕਿਰਮ ਉਹਨਾਂ ਦੀ ਡੈਥ ਹੋ ਜਾਏਗੀ। ਕਈ ਕਈ ਦਿਨ ਇਸ਼ਨਾਨ ਨਾ ਕਰਨਾ। ਹੁਣ ਜਿਸ ਦੇਸ਼ ਵਿੱਚ ਇੱਦਾਂ ਦੇ ਲੋਕ ਵਸਦੇ ਹੋਣ ਵੀ ਪੈਰ ਥੱਲੇ ਕੀੜਾ ਆ ਕੇ ਨਾ ਮਰ ਜਾਏ, ਕਿਰਮ ਨਾ ਮਰ ਜਾਏ, ਪਾਖਾਨਾ ਫੋਲ ਦੇਣਾ, ਨਹਾਉਣਾ ਨਾ, ਸੋਚੋ ਜਦੋਂ ਕੱਲ੍ਹ ਉਹਨਾਂ ਦੀ ਕੋਈ ਧੀ ਭੈਣ ਚੁੱਕ ਕੇ ਖੜੇਗਾ ਉਹ ਸਿਰ 'ਚ ਡਾਂਗ ਕਿੱਦਾਂ ਮਾਰੂਗੀ? ਉਹਨਾਂ ਕਹਿਣਾ ਜੇ ਡਾਂਗ ਮਾਰਾਂਗੇ ਲਹੂ ਨਿਕਲੂ, ਲਹੂ ਨਿਕਲੂ ਤਾਂ ਪਾਪ ਲੱਗ ਜੂ। ਬੋਲੋ ਪਿਆ, ਸਮਝ ਆ ਗਈ ਗੱਲ? ਇੱਕ ਤਾਂ ਆਪਣੇ ਮੋਬਾਈਲ ਫੋਨ ਉਹਨਾਂ ਸਮਾਂ ਸਾਇਲੈਂਟ ਕਰ ਲਓ, ਬਾਪੂ ਜੀ ਕਿਸੇ ਹੋਰ ਕੋਲੋਂ ਕਰਾ ਲਓ, ਨਹੀਂ ਹੁੰਦਾ ਜੀ, ਮਨ ਵੀ ਫੋਨ ਕਰਦੇ ਬਾਪੂ ਦਾ, ਉਹ ਕਣਕ ਨੂੰ ਪਾਣੀ ਲਾਇਆ ਹੋਣਾ ਕਿ ਵੀ ਘਰੋਂ ਫੋਨ ਫਾਇਆ ਜਾਂਦਾ ਕੋਈ ਫੋਨ, ਜਿਹੜਾ ਅਸਲ ਦੇ ਵਿੱਚ ਹੁਣ ਮੇਰੇ ਕੋਲ ਫੋਨ ਹੈ ਨਹੀਂ, ਭਾਵੇਂ 3 ਘੰਟੇ ਬਿਠਾ ਛੱਡੋ ਮੈਨੂੰ। ਇਹ ਚੀਜ਼ਾਂ ਜਦੋਂ ਨਹੀਂ ਸੀ ਹੈਗੀਆਂ ਆਪਾਂ ਸੁਖੀ ਬੜੇ ਸੀ ਸਾਹ ਸਮੇਂ 'ਚ, ਕਿਉਂ ਸਾਹ ਸਮੇਂ ਜੀ?